ਨਮਸਕਾਰ, ਸੱਚ ਕਹੋ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਨਜ਼ਰ ਪਾਉਂਦੇ ਹਾਂ ਦੇਸ਼ ਦੁਨੀਆ ਦੀ ਟੌਪ 10 ਖਬਰਾਂ 'ਤੇ। ਅਯੋਧਿਆ ਵਿੱਚ ਰਾਮਲੀਲਾ ਦੇ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ 23 ਜਨਵਰੀ ਯਾਨੀ ਕਿ ਅੱਜ ਦੇ ਦਿਨ ਮੰਦਰ ਵਿੱਚ ਆਮ ਲੋਕਾਂ ਦੇ ਲਈ ਦਰਸ਼ਨ ਹੋ ਗਏ ਨੇ ਸ਼ੁਰੂ। ਰਾਤ 3 ਵਜੇ ਤੋਂ ਹੀ ਦਰਸ਼ਨਾਂ ਦੇ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਹੁੰਦੀ। ਰਾਮਲੀਲਾ ਦੇ ਦਰਸ਼ਨ ਦੇ ਲਈ ਕਈ ਸੂਬਿਆਂ ਤੋਂ ਆ ਰਹੇ ਵੱਡੀ ਪੈਮਾਨੇ 'ਤੇ ਲੋਕ, ਜਿਵੇਂ ਹੀ ਮੰਦਰ ਦੇ ਗੇਟ ਖੁੱਲ੍ਹੇ ਤਾਂ ਲੋਕਾਂ ਦੇ ਵਿੱਚ ਭੀੜ ਦੇ ਨਾਲ ਮੱਚ ਗਈ ਅਫਰਾ ਤਫਰੀ। ਲੋਕ ਧੱਕਾ ਮੁੱਕੀ ਕਰਦੇ ਦਿਖਾਈ ਦਿੱਤੇ। ਰਾਤ ਵਿੱਚ ਪ੍ਰਸ਼ਾਸਨ ਭੀੜ ਦੇ ਅੱਗੇ ਬੇਬਸ ਨਜ਼ਰ ਆਇਆ। ਪੱਛਮ ਬੰਗਾਲ ਦੇ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਕਿਹਾ ਕਿ ਲੈਫਟ ਪਾਰਟੀਆਂ ਇੰਡੀਆ ਦੇ ਏਜੰਡੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ਾਂ ਕਰ ਰਹੀਆਂ ਹਨ। ਮੈਂ ਇਹ ਸਵੀਕਾਰ ਨਹੀਂ ਕਰਾਂਗੀ। ਮਮਤਾ ਕੋਲਕਾਤਾ ਵਿੱਚ ਆਯੋਜਿਤ ਸਰਵਧਰਮ ਸਦਭਾਵ ਰੈਲੀ ਵਿੱਚ ਸਮਰਥਕਾਂ ਨੂੰ ਕਰ ਰਹੀ ਸੀ ਸੰਬੋਧਿਤ। ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਲੋਕਾਂ ਤੋਂ ਸਹਿਮਤ ਨਹੀਂ ਹੋ ਸਕਦੀ ਜਿਨ੍ਹਾਂ ਦੇ ਨਾਲ ਮੈਂ 34 ਸਾਲ ਤੱਕ ਸੰਘਰਸ਼ ਕੀਤਾ ਹੈ। ਇੰਨੇ ਅਪਮਾਨ ਦੇ ਬਾਵਜੂਦ ਮੈਂ ਇੰਡੀਆ ਦੀ ਮੀਟਿੰਗ ਵਿੱਚ ਹਿੱਸਾ ਲਿਆ। ਉੱਤਰ ਪੱਛਮ ਤੋਂ ਲੈ ਕੇ ਨਾਰਥ ਈਸਟ ਤੱਕ ਭਾਰਤ ਦੇ ਸੂਬਿਆਂ ਵਿੱਚ ਕੜਾਕੇ ਦੀ ਠੰਡ ਦਾ ਰਹੇਗਾ ਬਰਕਰਾਰ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਪੱਛਮ ਬੰਗਾਲ ਵਿੱਚ ਅੱਜ ਤੋਂ ਫਿਰ ਤੋਂ ਸ਼ੀਤ ਲਹਿਰ ਦਾ ਅਲਰਟ ਹੋਇਆ ਜਾਰੀ। ਇਹਨਾਂ ਸੂਬਿਆਂ ਵਿੱਚ ਬੀਤੇ 2 ਦਿਨਾਂ ਤੋਂ ਤਾਪਮਾਨ 3 ਡਿਗਰੀ ਅਤੇ 7 ਡਿਗਰੀ ਦੇ ਵਿੱਚ ਰਿਹਾ। ਮੌਸਮ ਵਿਭਾਗ ਨੇ ਅਗਲੇ ਦਿਨਾਂ ਦੀ ਚੇਤਾਵਨੀ ਦਿੱਤੀ ਹੈ ਕਿ ਠੰਡ ਅਤੇ ਧੁੰਦ ਰਹੇਗੀ ਜਾਰੀ। ਜੰਮੂ ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਦੇਖਣ ਨੂੰ ਮਿਲੇਗੀ। ਇਸ ਦੇ ਨਾਲ ਹੀ ਉੱਤਰ ਭਾਰਤ ਦੇ ਸੂਬਿਆਂ ਵਿੱਚ ਮੁੜ ਤੋਂ ਵਧੇਗੀ ਠਿਠੁਰਨ। ਹਰਿਆਣਾ ਵਿੱਚ ਵੱਧਦੀ ਸਰਦੀ ਨੂੰ ਦੇਖਦੇ ਹੋਏ ਮੁੜ ਤੋਂ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਸੂਬੇ ਵਿੱਚ 1 ਤੋਂ 5ਵੀਂ ਜਮਾਤ ਤੱਕ 28 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ, ਜਦਕਿ 6ਵੀਂ ਤੋਂ 12ਵੀਂ ਜਮਾਤ ਦੀਆਂ ਕਕਸ਼ਾਵਾਂ ਲੱਗਦੀਆਂ ਰਹਿਣਗੀਆਂ। ਹਰਿਆਣਾ ਦੇ ਸਿੱਖਿਆ ਮੰਤਰੀ ਕਮਲਪਾਲ ਗੁੱਜਰ ਨੇ ਦੱਸਿਆ ਕਿ ਲਗਾਤਾਰ ਵੱਧ ਰਹੀ ਠੰਡ ਦੇ ਚਲਦੇ ਫੈਸਲਾ ਲਿਆ ਗਿਆ। 5ਵੀਂ ਜਮਾਤ ਤੱਕ ਦੇ ਬੱਚਿਆਂ ਦੀ ਜਮਾਤਾਂ 29 ਜਨਵਰੀ ਨੂੰ ਖੁੱਲ੍ਹਣਗੀਆਂ। ਇਸ ਤੋਂ ਪਹਿਲਾਂ ਠੰਡ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਸਕੂਲਾਂ ਦੀ ਟਾਈਮਿੰਗ ਕਰ ਚੁੱਕੀ ਸੀ ਚੇਂਜ। ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਹਰਿਆਣਾ ਸਮੇਤ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਰੇਡ ਕੀਤੀ ਹੈ। ED ਦੀ ਟੀਮ ਪੰਜਾਬ, ਹਰਿਆਣਾ ਦੇ ਲਗਭਗ 18 ਥਾਵਾਂ ਤੇ ਪਹੁੰਚੀ। ਇਹਨਾਂ ਵਿੱਚ ਪੰਚਕੂਲਾ ਅਤੇ ਮੋਹਾਲੀ ਸਮੇਤ ਹੋਰ ਇਲਾਕਿਆਂ ਵੀ ਸ਼ਾਮਿਲ ਹਨ। ਸੂਤਰਾਂ ਨੇ ਦੱਸਿਆ ਕਿ ਜਾਂਚ ਮਨੀ ਲਾਂਡਰਿੰਗ ਨਿਵਾਰਨ ਅਧਿਨਿਯਮ ਦੇ ਤਹਿਤ ਦਰਜ ਮਾਮਲੇ ਦੀ ਚੱਲ ਰਹੀ ਹੈ, ਜੋ ਹੁੱਡਾ ਵਿੱਚ 70 ਕਰੋੜ ਰੁਪਏ ਦੇ ਫਰਜ਼ੀ ਰਿਫੰਡ ਘੁਟਾਲੇ ਦੇ ਨਾਲ ਜੁੜਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਫਰਵਰੀ ਵਿੱਚ ਅਯੋਧਿਆ ਜਾ ਕੇ ਸ਼੍ਰੀ ਰਾਮਲੀਲਾ ਦੇ ਕਰਨਗੇ ਦਰਸ਼ਨ। ਇਸ ਦੇ ਲਈ 8-9 ਫਰਵਰੀ ਨੂੰ ਸ਼ਡਿਊਲ ਤਿਆਰ ਕੀਤਾ ਗਿਆ। ਇਸਦਾ ਖੁਲਾਸਾ ਖੁਦ ਮੁੱਖ ਮੰਤਰੀ ਨੇ ਕੀਤਾ ਹੈ। ਇਸ ਦਰਮਿਆਨ ਉਹਨਾਂ ਨੇ ਰਾਹੁਲ ਗਾਂਧੀ ਤੇ ਵੀ ਕਟਾਕਸ਼ ਕੀਤਾ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਕੋਈ ਸਮਝ ਨਹੀਂ ਹੈ, ਉਹਨਾਂ ਨੂੰ ਆਸਥਾ ਦਾ ਪਤਾ ਹੀ ਨਹੀਂ ਹੈ। ਅੱਜ ਦੇ ਦਿਨ ਪੂਰਾ ਸਮਾਜ ਰਾਮਮਿਆ ਹੈ, ਉਹਨਾਂ ਨੂੰ ਵੀ ਸਮਾਜ ਦੇ ਨਾਤੇ ਤੋਂ ਰਾਮਮਿਆ ਹੋ ਜਾਣਾ ਚਾਹੀਦਾ ਸੀ। ਹਰਿਆਣਾ ਵਿੱਚ ਅਜੇ 5 ਦਿਨ ਹੋਰ ਠੰਡ ਦਾ ਪ੍ਰਕੋਪ ਰਹੇਗਾ ਜਾਰੀ। ਸੂਬੇ ਦੇ ਅਧਿਕਾਂਸ਼ ਖੇਤਰਾਂ ਵਿੱਚ 27 ਫਰਵਰੀ ਤੱਕ ਕੋਹਰਾ ਅਤੇ ਕੋਲਡ ਡੇ ਅਤੇ ਸ਼ੀਤ ਲਹਿਰ ਦੀ ਸੰਭਾਵਨਾ ਮੌਸਮ ਵਿਭਾਗ ਨੇ ਜਤਾਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 10 ਕਿਲੋਮੀਟਰ ਦੀ ਸਪੀਡ ਨਾਲ ਚੱਲਣ ਵਾਲੀ ਸ਼ੀਤ ਲਹਿਰ ਦੇ ਨਾਲ ਲੋਕਾਂ ਨੂੰ ਝੇਲਣੀ ਪੜੇਗੀ ਪਰੇਸ਼ਾਨੀ। ਹਾਲਾਂਕਿ ਦਿਨ ਦੇ ਅਧਿਕਤਮ ਤਾਪਮਾਨ ਵਿੱਚ 2.3 ਡਿਗਰੀ ਦੀ ਬੜੋਤਰੀ ਹੋਈ, ਲੇਕਿਨ ਅਜੇ ਤੱਕ ਦਿਨ ਦਾ ਪਾਰਾ ਆਮ ਦੇ ਨਾਲੋਂ 5.3 ਡਿਗਰੀ ਘੱਟ ਰਿਹਾ ਹੈ। ਪੰਜਾਬ ਸਰਕਾਰ ਦੁਆਰਾ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਤਿਆਰ ਕੀਤੇ ਗਏ ਐਕਸ਼ਨ ਪਲਾਨ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੱਡਾ ਝਟਕਾ ਦਿੱਤਾ। NGT ਨੇ ਸਰਕਾਰ ਨੂੰ ਸੰਸ਼ੋਧਿਤ ਪਲਾਨ ਦੇਣ ਦੇ ਆਦੇਸ਼ ਦਿੱਤੇ ਹਨ। ਇਹ ਪਲਾਨ ਉਹਨਾਂ ਨੂੰ ਅਗਲੀ ਸੁਣਵਾਈ ਤੋਂ 1 ਹਫ਼ਤੇ ਪਹਿਲਾਂ ਦਾਖਲ ਕਰਨਾ ਹੋਏਗਾ। ਉੱਥੇ ਇਸ ਮਾਮਲੇ ਦੀ ਹੁਣ 22 ਮਾਰਚ ਨੂੰ ਹੋਏਗੀ ਅਗਲੇਰੀ ਸੁਣਵਾਈ। ਪੰਜਾਬ ਦੇ ਜਲੰਧਰ ਵਿੱਚ ਰਾਤ ਵਿੱਚ ਅੰਗੀਠੀ ਸਾੜ ਕੇ ਸੋਏ ਬਾਪ ਬੇਟੇ ਦੀ ਮੌਤ, ਜਦਕਿ ਚਚੇਰੇ ਭਰਾ ਦੀ ਹਾਲਤ ਗੰਭੀਰ। ਕਮਰੇ ਵਿੱਚ ਕਾਰਬਨ ਮੋਨੋਆਕਸਾਈਡ ਗੈਸ ਬਣ ਗਈ, ਜਿਸ ਦੇ ਨਾਲ ਤਿੰਨਾਂ ਦੀ ਅੰਗੀਠੀ ਦੇ ਧੂੰਏ ਦੇ ਨਾਲ ਦਮ ਘੁੱਟ ਗਿਆ। ਮ੍ਰਿਤਕਾਂ ਦੀ ਪਹਿਚਾਣ ਪਿੰਡ ਦੇ ਮੁਹੱਲਾ ਨੰਬਰ 20 ਤੋਂ ਸੱਟੇ ਧੱਕਾ ਕਲੋਨੀ ਦੇ ਰਹਿਣ ਵਾਲੇ ਰਾਮ ਬਲੀ ਮੋਚੀ ਅਤੇ ਉਸਦੇ ਬੇਟੇ ਨਵੀਨ ਕੁਮਾਰ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਬਾਪ ਬੇਟੇ ਦੇ ਸ਼ਵ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਹਸਪਤਾਲ ਭਿਜਵਾਇਆ। ਪੰਜਾਬ ਵਿੱਚ ਸੀਮਾ ਸੁਰੱਖਿਆ ਬਲ ਦੇ ਅਧਿਕਾਰ ਖੇਤਰ ਦਾ ਦਾਇਰਾ ਵਧਾਉਣ ਵਾਲੀ ਕੇਂਦਰ ਸਰਕਾਰ ਦੀ ਅਧਿਸੂਚਨਾ ਦੀ ਵੈਧਤਾ ਜਾਂਚਣ ਤੇ ਸੁਪਰੀਮ ਕੋਰਟ ਸਹਿਮਤ ਹੋ ਗਿਆ। ਕੇਂਦਰ ਨੇ 2021 ਦੀ ਇਸ ਅਧਿਸੂਚਨਾ ਵਿੱਚ BSF ਦੇ ਤਲਾਸ਼ੀ ਲੈਣ, ਜ਼ਬਤੀ ਅਤੇ ਗ੍ਰਿਫਤਾਰੀ ਕਰਨ ਦੇ ਮੌਜੂਦਾ 15 ਕਿਲੋਮੀਟਰ ਦੇ ਅਧਿਕਾਰਿਕ ਖੇਤਰ ਨੂੰ ਵਧਾ ਕੇ 50 ਕਿਲੋਮੀਟਰ ਕਰਨ ਦਾ ਲਿਆ ਫੈਸਲਾ। ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਇਹਨਾਂ ਹੀ। ਜ਼ਿਆਦਾ ਖਬਰਾਂ ਵੇਖਣ ਲਈ YouTube 'ਤੇ ਟਾਈਪ ਕਰੋ ਸੱਚ ਕਹੋ ਪੰਜਾਬੀ।